ਜਤੈ ਨੂੰ ਸਾਦਨੀ ਤਾਂ ਕਿ ਚਪਰੋ ਲਵਾ ਸਿੱਖ ਹਮੇਸ਼ਾ ਹਰ ਇੱਕ ਦਾ ਭਲਾ ਕਰਦੇ ਨੇ ਉਹਨਾਂ ਨੇ ਉਸ ਤੋਂ ਵੱਧ ਕਰਕੇ ਦਿਖਾਇਆ ਹਾਂ ਆ ਜਾ ਤੈਨੂੰ ਸਾਦਨੀ ਚਪਰੋ ਲਵਾ ਉਹਨਾਂ ਨੇ ਸਪੈਸ਼ਲ ਆਪਣੀ ਤਰਫ ਤੋਂ ਸਟੋਰੀ ਲਾ ਕੇ ਆਪਣਾ ਵੱਡੇ ਅੱਖਰਾਂ 'ਚ ਨਾਮ ਵੀ ਲਿਖਿਆ ਜੋ ਦਿਲਜੀਤ ਭਾਜੀ ਨੇ ਮੇਰੇ ਤੇ ਹਸਾਨ ਕੀਤੇ ਮੇਰੇ ਪਿਆਰ ਨੂੰ ਅਜ਼ਰ ਲੱਗ ਜਾਵੇ ਨਾ ਤੇਰੇ ਮੇਰੇ ਪਿਆਰ ਨੂੰ ਮੈਨਾਂ ਦਾ ਸ਼ੁਕਰੀਆ ਦਾ ਗਲੇ ਲੱਗ ਕੇ ਉਹਨਾਂ ਨੂੰ ਗਲੇ ਮਿਲ ਕੇ ਸ਼ੁਕਰੀਆ ਦਾ ਕਰਨਾ ਚਾਹੁੰਦੇ ਜੋ ਦਿਲਜੀਤ ਭਾਜੀ ਨੇ ਮੇਰੇ ਤੇ ਇਹਸਾਨ ਕੀਤਾ ਕੋਈ ਜ਼ਿੰਦਗੀ ਪਰ ਉਲ ਨਹੀਂ ਸਕਦਾ ਇੱਕ ਟਾਈਮ ਹੋ ਸੀ ਕਿ ਮੇਰੇ ਕੋਲ ਇੰਨੇ ਵੀ ਪੈਸੇ ਨਹੀਂ ਸੀ ਕਿ ਮੈਂ ਆਪਣੇ ਬੱਚੇ ਦੀ ਡਿਲੀਵਰੀ ਦੇ ਖਰਚਾ ਕਰ ਸਕਾਂ ਔਰ ਮੈਂ 20 ਸਾਲ ਬਹੁਤ ਦਬਿਆ ਛੁਪਿਆ ਰਿਹਾ ਇੱਕ ਮਿੱਟੀ ਦੇ ਜ਼ਰਰੇ ਦੀ ਵੀ ਕੁਝ ਵੈਲਿਊ ਹੁੰਦੀ ਹੈ ਮੇਰੀ ਕੋਈ ਵੈਲਿਊ ਨਹੀਂ ਕਿਸੇ ਨੇ ਕੋਈ ਵੈਲਿਊ ਨਹੀਂ ਪਾਈ हां अगर किसी वैले रब ਦੇ ਬੰਦੇ ਨੇ ਇੱਕ ਸਿੱਖ ਸਰਦਾਰ ਨੇ ਦਿਲਜੀਤ ਜੀ ਜਿੰਨੀ ਮੈਨੇ ਸੋਚਿਆ ਉਹਾਰੇ ਵੀ ਮੇਰਾ ਨਾਮ ਜ਼ਰੂਰ ਲੈਣਗੇ ਉਹ ਵੀ ਇੱਕ ਸਿੱਖ ਹਮੇਸ਼ਾ ਹਰ ਇੱਕ ਦਾ ਭਲਾ ਕਰਦੇ ਨੇ ਉਹਨਾਂ ਨੇ ਉਸ ਤੋਂ ਵੱਧ ਕਰਕੇ ਦਿਖਾਇਆ ਜਿਉਂਦੇ ਰਹੋ ਦਿਲਜੀਤ ਭਾਜੀ ਸਰਦਾਰ ਜੀ ਕੀ ਬਾਤ ਹੈ ਥੋਨੇ ਜ਼ਮੀਨ ਤੋਂ ਚੱਕ ਕੇ ਇਸ ਛੋਟੇ ਜਿਹੇ ਸ਼ਖਸ ਨੂੰ ਅਸਮਾਨੇ ਤੇ ਪਹੁੰਚਾਤਾ ਮੈਂ ਮੇਰੇ ਦਿਲ ਦੇ ਜੋ ਜਜ਼ਬਾਤ ਨੇ ਜੋ ਤੇਰੇ ਦਿਲ ਦੇ ਵਿੱਚ ਲੈਣਾ ਮੇਰੇ ਦਿਮਾਗ ਵਿੱਚ ਗੂੰਜ ਰਹੀਆਂ ਨੇ ਮੇਰੇ ਰੋਮ ਰੋਮ ਵਿੱਚ ਪਜਦੀਆਂ ਨੇ ਉਹ ਤੁਹਾਨੂੰ ਸੁਣਾ ਰਿਹਾ ਹਾਂ ਹਰ ਵੇਲੇ ਦਿਲ ਮੇਰਾ ਦੁਖੀ ਦੁਖੀ ਰਹਿੰਦਾ ਸੀ ਹਰ ਇੱਕ ਖਾਬ ਮੇਰਾ ਹੰਝੂਆਂ ਚ ਭੰਦਾ ਸੀ ਮੇਰੇ ਉੱਤੇ एहसान ਦਿਲਜੀਤ ਥੋੜਾ ਹੋ ਗਿਆ 20 ਸਾਲ ਬਾਅਦ ਦਿਲ ਬਾਗੋ ਬਾਗ ਹੋ ਗਿਆ 20 ਸਾਲ ਬਾਅਦ ਦਿਲ ਬਾਗੋ ਬਾਗ ਹੋ ਗਿਆ ਮੈਨੂੰ ਬੜਾ ਮਾਣ ਆਈ ਮਤਲਬ ਸਿੱਖ ਸਰਦਾਰ ਦੇ ਉੱਪਰ ਜਿੰਨੀ ਮੇਰੀ ਸੋਚ ਸੀ ਉਸ ਤੋਂ ਜ਼ਿਆਦਾ ਉਹਨਾਂ ਨੇ ਮੇਰੇ ਪਰ ਇਹਸਾਨ ਕੀਤਾ ਹੈ ਮਨਾਂ ਨੂੰ ਮਤਲਬ ਬਹੁਤ ਜ਼ਿਆਦਾ ਸ਼ੁਕਰੀਆ ਦਾ ਕਰਦਾ ਮੈਂ ਤਾਂ ਮੇਰੀ ਤਾਂ ਸੋਚ ਸਿਰਫ ਇੰਨੀ ਸੀ ਕਿ ਮੇਰਾ ਉਹ ਮਤਲਬ ਕੈਪਸ਼ਨ ਚ ਨਾਮ ਪਾ ਦੇਣ ਲੇਕਿਨ ਉਹ ਸਿੱਖ ਸਰਦਾਰ ਬੰਦੇ ਨੇ ਕਿਉਂਕਿ ਮੈਂ ਸਿੱਖ ਸਰਦਾਰ ਇਸ ਕਰਕੇ ਕਹਣਾ ਕਿ ਇਹ ਹਮੇਸ਼ਾ ਲੋਕ ਸਿੱਖ ਸਰਦਾਰ ਹਮੇਸ਼ਾ ਭਲਾ ਕਰਦੇ ਆ ਰਹੇ ਨੇ ਉਹ ਲੇਕਿਨ ਉਹਨਾਂ ਨੇ ਇੱਕ ਆਪਣੀ ਤਰਫੋਂ ਇੱਕ ਗਿਫਟ ਦੀ ਤੌਰ ਤੇ ਵੱਡੇ ਅੱਖਰਾਂ ਚ ਸਟੋਰੀ ਵੀ ਪਾਈ ਹੈ ਜੀ ਮੈਂ ਬਹੁੜਾ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਜੀ ਔਰ ਮੈਂ ਬੜੀ ਦਿਲ ਦੀ ਤਮੰਨਾ ਉਹਨਾਂ ਨੂੰ ਮੈਂ ਵੀ ਉਹ ਇੱਥੇ ਆਣ ਮੈਂ ਉਹਨਾਂ ਨਾਲ ਗਲੇ ਮਿਲ ਕੇ ਉਹਨਾਂ ਦਾ ਸ਼ੁਕਰੀਆ ਦਾ ਕਰਾਂ ਅਗਰ ਚੰਦ ਲਫ਼ਜ਼ਾਂ ਚ ਸ਼ੁਕਰੀਆ ਦਾ ਕਰੂੰਗਾ ਤਾਂ ਮੈਨੂੰ ਬਹੁਤ ਫਿੱਕਾ ਲੱਗਦਾ ਮੈਂ ਉਹਨਾਂ ਨੂੰ ਗਲੇ ਲਾ ਕੇ ਸ਼ੁਕਰੀਆ ਦਾ ਕਰਾਂ ਔਰ ਉਹਨਾਂ ਨੂੰ ਇਹ ਰਿਕੁਐਸਟ ਕਰਾਂ ਕਿ ਆਡੀਅנס ਦੇ ਜਿਵੇਂ ਡਿਮਾਂਡ ਹੈ ਉਹ ਮੇਰੀ ਵੀ ਇਹ ਦਿਲ ਦੀ ਤਮੰਨਾ ਹੈ ਮੇਰੇ ਪਰ ਤੁਹਾਡਾ ਬੜਾ ਐਹਸਾਨ ਹੋਗਾ ਇਹ ਸੌਂਗ ਮੇਰੇ ਨੂੰ ਜੇ ਅਗਰ ਤੁਸੀਂ ਆਪਣੇ ਇਹ ਮਿੱਠੀ ਜੁਬਾਨ ਨਾਲ ਇਹ ਸੌਂਗ ਨੂੰ ਗਾਓ ਵੀ ਜਿਸ ਹਿਸਾਬ ਨਾਲ ਰਾਈਟਰਾਂ ਦੇ ਗੀਤ ਆਉਂਦੇ ਨੇ ਹੈਨਾ ਉਸ ਸਮੇਂ ਤਾਂ ਇੱਕ ਤਰ੍ਹਾਂ ਦਾ ਪਬਲਿਕ ਦੇ ਵਿੱਚ ਐਦਾਂ ਹੁੰਦਾ ਵੀ ਰਾਈਟਰ ਤਾਂ ਬੜੇ ਪੈਸੇ ਕਮਾਉਂਦੇ ਹੋਣੇ ਹਾਂਜੀ ਇਸ ਦੀ ਅਸਲੀਅਤ ਬਾਰੇ ਚਾਣਨਾ ਪਾਉਗੇ ਰਾਈਟਰ ਉਹ ਸਖਸ ਹੈ ਜਿਸ ਦੀਆਂ ਦੀਵਾਰਾਂ ਵੀ ਰੋਂਦੀਆਂ ਨੇ ਜਿਸ ਦੀਆਂ છੱਤਾ ਵੀ ਰੋਂਦੀਆਂ ਨੇ ਇਸ ਦਾ ਫਰਸ ਵੀ ਰੋਂਦਾ ਹੈ ਜਿਸ ਦਾ ਦਿਲ ਵੀ ਰੋਂਦਾ ਹੈ ਜਿਸ ਦੇ ਜਜ਼ਬਾਤ ਵੀ ਰੋਂਦੇ ਨੇ ਉਹਦੀ ਹਰ ਚੀਜ਼ ਰੋਂਦੀ ਹੈ ਜੀ ਹਾਂ ਔਰ ਮੈਂ ਕਹਣਾ ਵੀ ਜਲੇ ਹੋਏ ਦਿਲ ਵਿੱਚੋਂ ਜੇਕਰ ਮੈਂ ਹਾਂ ਕੱਢਾਂ ਜਲੇ ਹੋਏ ਦਿਲ ਵਿੱਚੋਂ ਜੇਕਰ ਮੈਂ ਹਾਂ ਕੱਢਾਂ ਯਕੀਨਨ ਹੈ ਕਿ ਸਾਰਾ ਜਹਾਨ ਜਲ ਜਾਵੇ ਅੱਗ ਲੱਗ ਜਾਵੇ ਸਮੁੰਦਰਾਂ ਦੇ ਟਾਪੂਆਂ ਨੂੰ ਸਨੇ ਤਾਰਿਆਂ ਦੇ ਸਾਰਾ ਅਸਮਾਨ ਜਲ ਜਾਵੇ ਮੈਂ ਆਪਣੇ ਦਿਲ ਤੋਂ ਹਾਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਰੱਬ ਦਾ ਬੜਾ ਸ਼ੁਕਰਗੁਜ਼ਾਰ ਆਂ ਠੀਕ ਹੈ ਉਹਦੇ ਬੰਦਿਆਂ ਨੇ ਮੇਰਾ ਨਹੀਂ ਮੇਰੀ ਕਦਰ ਪਾਈ ਲੇਕਿਨ ਫਿਰ ਵੀ ਉਸ ਬੰਦੇ ਨੇ ਉਸ ਰੱਬ ਨੇ ਇੱਕ ਆਪਣੇ ਬੰਦੇ ਨੂੰ ਐਸੇ ਨੂੰ ਭੇਜਿਆ ਰੱਬ ਦਾ ਬੰਦੇ ਨੂੰ ਦਿਲਜੀਤ ਨੂੰ ਕਿ ਮੈਨੂੰ ਅੱਜ ਪਤਾ ਲੱਗ ਗਿਆ ਕਿ ਉਸ ਰੱਬ ਨੇ ਇੱਕ ਬੰਦਾ ਭੇਜਿਆ ਇੱਕ ਫਰਿਸ਼ਤਾ ਬਣਾ ਕੇ ਜਿਹਦਾ ਨਾਮ ਹੈ ਦਿਲਜੀਤ ਦੁਸਾਂਝ ਇੱਕ ਦਿਲ ਦੀ ਤਮੰਨਾ ਦਾ ਤੁਹਾਡੀ ਦਿਲਜੀਤ ਦੁਸਾਂਝ ਜੀ ਨੇ ਪੂਰੀ ਕਰ ਦਿੱਤੀ ਹੁਣ ਦੂਸਰੀ ਤਮੰਨਾ ਕੀ ਰੋਡੀ ਹੁਣ ਤਾਂ ਜਾਦੂ ਜੱਬ ਕੀ ਬੰਦ ਹੀ ਆ ਜੀ ਗਲੇ ਮਿਲਣਾ ਬੰਦ ਹੈ ਕਿ ਉਹਨਾਂ ਦਾ ਮੈਨੂੰ ਸ਼ੁਕਰੀਆ ਇੱਥੇ ਕਹਿਣਾ ਮੈਨੂੰ ਬਹੁਤ ਛੋਟਾ ਲੱਗ ਰਿਹਾ ਹੈ ਮੈਂ ਉਹਨਾਂ ਨੂੰ ਐ ਚਾਹਣਾ ਵੀ ਮੈਂ ਉਹਨਾਂ ਨੂੰ ਗਲੇ ਮਤਲਬ ਮਿਲ ਕੇ ਸ਼ੁਕਰੀਆ ਦਾ ਕਰਾਂ ਔਰ ਇਸ ਤੋਂ ਜ਼ਿਆਦਾ ਮੈਨੂੰ ਇਹ ਸ਼ੁਕਰੀਆ ਦਾ ਕਰਨਾ ਚਾਹਣਾ ਕਿਉਂਕਿ ਜਿਹੜੇ ਜਿਹਦੀ ਮੇਰੇ ਦਿਲ ਦੀ ਤਮੰਨਾ ਸੀ ਜਿਸ ਤਰ੍ਹਾਂ ਉਹਨਾਂ ਦਾ ਸੌਂਗ ਆਵੇ ਇਹ ਦਿਲ ਦੀ ਤਮੰਨਾ ਕਿ ਪੂਰੇ ਮੀਡੀਆ ਦਾ ਮੈਂ ਬਹੁਤ 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 ਜ਼ਿਆਦਾ ਤੰਵਾਦ ਕਰਾਂ ਜੀ